ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਦਾ ਰਸਤੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋਇਆ। ਇਸ ਬੱਸ ਦੇ ਵਿੱਚ ਸ਼ਰਧਾਲੂ ਸਵਾਰ ਸਨ ਜੋ ਜਵਾਲਾ ਜੀ ਮੱਥਾ ਟੇਕਣ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਬੱਸ ਪਲਟ ਗਈ ਔਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਭਗਤਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ। ਤਸਵੀਰਾਂ ਕਾਂਗੜਾ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਇੱਕ ਪ੍ਰਾਈਵੇਟ ਬੱਸ ਪਲਟ ਗਈ। ਇਸ ਬੱਸ ਦੇ ਵਿੱਚ ਸ਼ਰਧਾਲੂ ਸਵਾਰ ਸੀ ਜੋ ਜਵਾਲਾ ਜੀ ਮੱਥਾ ਟੇਕਣ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋਇਆ। UP ਨੰਬਰ ਬੱਸ ਹੈ ਜੋ ਰਸਤੇ ਦੇ ਵਿੱਚ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕਾਂਗੜਾ ਦੇ ਸੁਮੇਲਾ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਨੇ ਗੱਡੀ ਨੂੰ ਸੀਜ਼ ਕੀਤਾ ਗਿਆ ਔਰ ਬੱਸ ਦੀ ਫਿਟਨੈਸ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ। ਤਾਂ ਦੱਸ ਦਈਏ ਕਿ ਕਾਂਗੜਾ ਨੈਸ਼ਨਲ ਹਾਈਵੇ ਤੇ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਪ੍ਰਾਈਵੇਟ ਬੱਸ ਦਾ ਐਕਸੀਡੈਂਟ ਹੋਇਆ, ਜਿਸ ਤੋਂ ਬਾਅਦ 21 ਸ਼ਰਧਾਲੂ ਬੜੀ ਮੁਸ਼ਕਲ ਬਾਅਦ ਇਸ ਸਥਿਤੀ ਦੇ ਵਿੱਚੋਂ ਬਾਹਰ ਕੱਢੇ ਗਏ। ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋਇਆ। ਇਹ ਬੱਸ UP ਨੰਬਰ ਹੈ ਜਿਸ ਦੇ ਵਿੱਚ ਭਗਤ ਸਵਾਰ ਸੀ ਜੋ ਜਵਾਲਾ ਜੀ ਮੱਥਾ ਟੇਕਣ ਜਾ ਰਹੇ ਸੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਲੋਕਾਂ ਨੇ ਬੜੀ ਮੁਸ਼ਕਲ ਬਾਅਦ ਇਹਨਾਂ ਸ਼ਰਧਾਲੂਆਂ ਨੂੰ ਬੱਸ ਦੇ ਵਿੱਚੋਂ ਜੋ ਕਿ ਪਲਟ ਗਈ ਸੀ ਬਾਹਰ ਕੱਢਿਆ। ਗਣੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੱਸ ਆ ਜਿਹੜੀ ਉਹ ਨੁਕਸਾਨੀ ਗਈ। ਪੁਲਿਸ ਦੇ ਵੱਲੋਂ ਇਸ ਦੀ ਫਿਟਨੈਸ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਬੱਸ ਪਲਟਣ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ। ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਦਾ ਰਸਤੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋਇਆ। ਇਸ ਬੱਸ ਦੇ ਵਿੱਚ ਸ਼ਰਧਾਲੂ ਸਵਾਰ ਸਨ ਜੋ ਜਵਾਲਾ ਜੀ ਮੱਥਾ ਟੇਕਣ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਬੱਸ ਪਲਟ ਗਈ ਔਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਭਗਤਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ। ਤਸਵੀਰਾਂ ਕਾਂਗੜਾ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਇੱਕ ਪ੍ਰਾਈਵੇਟ ਬੱਸ ਪਲਟ ਗਈ। ਇਸ ਬੱਸ ਦੇ ਵਿੱਚ ਸ਼ਰਧਾਲੂ ਸਵਾਰ ਸੀ ਜੋ ਜਵਾਲਾ ਜੀ ਮੱਥਾ ਟੇਕਣ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋਇਆ। UP ਨੰਬਰ ਬੱਸ ਹੈ ਜੋ ਰਸਤੇ ਦੇ ਵਿੱਚ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕਾਂਗੜਾ ਦੇ ਸੁਮੇਲਾ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਨੇ ਗੱਡੀ ਨੂੰ ਸੀਜ਼ ਕੀਤਾ ਗਿਆ ਔਰ ਬੱਸ ਦੀ ਫਿਟਨੈਸ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ। ਤਾਂ ਦੱਸ ਦਈਏ ਕਿ ਕਾਂਗੜਾ ਨੈਸ਼ਨਲ ਹਾਈਵੇ ਤੇ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਪ੍ਰਾਈਵੇਟ ਬੱਸ ਦਾ ਐਕਸੀਡੈਂਟ ਹੋਇਆ, ਜਿਸ ਤੋਂ ਬਾਅਦ 21 ਸ਼ਰਧਾਲੂ ਬੜੀ ਮੁਸ਼ਕਲ ਬਾਅਦ ਇਸ ਸਥਿਤੀ ਦੇ ਵਿੱਚੋਂ ਬਾਹਰ ਕੱਢੇ ਗਏ। ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋਇਆ। ਇਹ ਬੱਸ UP ਨੰਬਰ ਹੈ ਜਿਸ ਦੇ ਵਿੱਚ ਭਗਤ ਸਵਾਰ ਸੀ ਜੋ ਜਵਾਲਾ ਜੀ ਮੱਥਾ ਟੇਕਣ ਜਾ ਰਹੇ ਸੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਲੋਕਾਂ ਨੇ ਬੜੀ ਮੁਸ਼ਕਲ ਬਾਅਦ ਇਹਨਾਂ ਸ਼ਰਧਾਲੂਆਂ ਨੂੰ ਬੱਸ ਦੇ ਵਿੱਚੋਂ ਜੋ ਕਿ ਪਲਟ ਗਈ ਸੀ ਬਾਹਰ ਕੱਢਿਆ। ਗਣੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੱਸ ਆ ਜਿਹੜੀ ਉਹ ਨੁਕਸਾਨੀ ਗਈ। ਪੁਲਿਸ ਦੇ ਵੱਲੋਂ ਇਸ ਦੀ ਫਿਟਨੈਸ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਬੱਸ ਪਲਟਣ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ।